ਹਾਂਜੀ ਫ੍ਰੈਂਡਸ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਪੀਐਨ ਦੀਆਂ ਤੇ ਸਵੀਪਰ ਕੰਮ ਚੌਂਕੀਦਾਰ ਦੀਆਂ ਪੋਸਟਸ ਦੀ ਇਸ ਤੋਂ ਪਹਿਲਾਂ ਵਾਲੀਆਂ ਸਾਰੀਆਂ ਪੋਸਟਸ ਦੇਖ ਲਈਆਂ ਹੋਣਗੀਆਂ ਤੁਸੀਂ ਹੋਰ ਵੀ ਪੋਸਟਸ ਜਿਹੜੀਆਂ ਆਉਣੀਆਂ ਨੇ ਉਹਨਾਂ ਦਾ ਮੈਸੇਜ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦਿਓ ਜੀ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਨਾਲ ਦੀ ਨਾਲ ਜਿਹੜੀ ਪੋਸਟ ਪਾਈ ਹੈ ਆਪਾਂ ਚੈਨਲ ਤੇ ਉਹਦਾ ਮੈਸੇਜ ਤੁਹਾਡੇ ਕੋਲ ਪਹੁੰਚ ਜਾਏਗਾ ਠੀਕ ਹੈ ਜੀ ਗੱਲ ਕਰਦੇ ਹਾਂ ਪੋਸਟਾਂ ਦੀ ਪੀਐਨ ਦੀਆਂ ਟੋਟਲ 4 ਪੋਸਟਾਂ ਨੇ ਜੀ ਜਿਸ ਦੇ ਵਿੱਚੋਂ ESM ਦੀ ਇਕ ਹੈ SC ਦੀ ਇਕ ਹੈ ਜਨਰਲ ਦੀ ਇਕ ਤੇ SC ESM ਦੀ ਇਕ ਪੋਸਟ ਹੈ ਜੀ ਤਨਖਾਹ ਜਿਹੜੀ ਰਹੇਗੀ ਜੀ 49000 10 4900 ਤੋਂ 10680 1650 ਰੁਪਏ ਤੱਕ ਗ੍ਰੇਡ ਵਿੱਚ ਹੋਏਗਾ ਜੀ ਠੀਕ ਹੈ ਜੀ ਫਿਕਸਡ ਮੰਥਲੀ ਮਿਲਣਗੇ ਜਿਹੜੇ 9900 ਰੁਪਏ ਕੁਆਲਿਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਕੈਂਡੀਡੇਟ ਨੇ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਦੇ ਨਾਲ 1835 ਸਾਲ ਏਜ ਹੈ ਜੀ ਬਾਕੀ ਐਜ਼ ਅ ਰਿਜ਼ਰਵਰ ਕੈਡਿਡੇਟ ਦੇ ਲਈ ਗਰੀ ਦੇ ਲਈ ਰਿਲੈਕਸੇਸ਼ਨ ਹੋਏਗੀ ਜੀ ਹਣ ਗੱਲ ਕਰ ਲੈਣੇ ਜੀ ਸਵੀਪਰ ਕਮ ਚੌਂਕੀਦਾਰ ਦੀ ਪੋਸਟ ਦੀ ਜਨਰਲ ਕੈਟੇਗਰੀ ਦੀ ਇੱਕ ਪੋਸਟ ਹੈ ਜੀ ਤਨਖਾਹ ਜਿਹੜੀ ਮਿਲੇਗੀ 4900 ਤੋਂ 10680 1650 ਦੇ ਗ੍ਰੇਡ ਪੇਜੋ ਮਿਲੇਗੀ ਜੀ ਕੈਂਡੀਡੇਟ ਨੇ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਨਾਲ ਬਾਕੀ ਜਿਹੜੀ ਏਜ ਹੈ ਉਹ 18 ਤੋਂ 35 ਸਾਲ ਰਹੇਗੀ ਅਕੋਰਡਿੰਗ ਟੂ ਏਜ ਐਂਡ ਰਿਲੈਕਸੇਸ਼ਨ ਮਿਲੇਗੀ ਤੁਹਾਨੂੰ ਰਿਜ਼ਰਵ ਕੈਟੇਗਰੀ ਨੂੰ ਹੁਣ ਗੱਲ ਕਰ ਲੈਨੇ ਜੀ ਲਾਸਟ ਡੇਟ ਦੀ ਧਿਆਨ ਨਾਲ ਸੁਣ ਲੋ ਜੀ ਲਾਸਟ ਡੇਟ 22/3/2022 ਸ਼ਾਮ 5 ਵਜੇ ਇਸ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਆਪਣੀਆਂ ਐਪਲੀਕੇਸ਼ਨ ਪਹੁੰਚਦੀਆਂ ਕਰ ਦੇਣੀਆਂ ਨੇ ਠੀਕ ਹੈ ਜੀ ਪਹੁੰਚਦੀਆਂ ਕਿੱਥੇ ਕਰਨੀਆਂ ਨੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਤਿਹਗੜ ਸਾਹਿਬ ਵਿਖੇ ਠੀਕ ਹੈ ਜੀ ਗਲਤੀ ਨਹੀਂ ਕਰਨੀ ਹੈ 28/3/2022 ਨੂੰ ਇੰਟਰਵਿਊ ਹੋਏਗੀ ਤੁਹਾਡੀ ਸਵੇਰੇ 10 ਵਜੇ ਆਪਦੇ ਸਾਰੇ ਡਾਕੂਮੈਂਟਸ ਨੇ ਜਿਹੜੇ ਤੁਸੀਂ ਨਾਲ ਲਗਾ ਲੋ ਇੱਕ ਵਾਰ ਐਪਲੀਕੇਸ਼ਨ ਫਾਰਮ ਹੈ ਤੁਹਾਨੂੰ ਦਿਖਾ ਦਿੰਨੇ ਆ ਸਿੰਪਲ ਐਪਲੀਕੇਸ਼ਨ ਫਾਰਮ ਹੈ ਕੋਈ ਲੰਮਾ ਚੋੜਾ ਨਹੀਂ ਹੁਣ ਗੱਲ ਆਉਂਦੀ ਹੈ एज ਐਜ਼ ਔਨ 1 1 2022 ਦੀ ਕਈ ਵਾਰੀ ਕੈਂਡੀਡੇਟ ਇਸ ਜਗ੍ਹਾ ਤੇ ਆ ਕੇ ਕਨਫਿਊਜ਼ ਹੋ ਜਾਂਦੇ ਨੇ ਠੀਕ ਹੈ ਜੀ एज ਐਜ਼ ਔਨ ਕਿਵੇਂ ਫਾਈਂਡ ਆਊਟ ਕਰਨੀ ਹੈ ਤੁਸੀਂ ਇਸ ਦੀ ਆਪਣੀ ਜਿਹੜੀ ਵੀਡੀਓ ਹੈ ਟੈਗਰੂ ਚੈਨਲ ਦੇ ਉੱਪਰ ਠੀਕ ਹੈ ਜੀ ਇਹ ਵਾਲਾ ਚੈਨਲ ਤੁਹਾਨੂੰ ਦਿਖ ਰਿਹਾ ਹੋਵੇਗਾ ਇਨਫੋ ਵਰਡ ਅਲਗੋਰਿਥਮ ਜੌਬ ਦੇ ਹੋਮ ਪੇਜ ਤੇ ਟੈਗ ਗੁਰੂ ਚੈਨਲ ਤੇ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਹੈ ਜਾ ਕੇ ਚੈੱਕ ਕਰ ਲਿਓ ਅਗਰ ਨਹੀਂ ਮਿਲੀ ਤਾਂ ਕਮੈਂਟਸ ਜ਼ਰੂਰ ਕਰ ਦਿਓ ਠੀਕ ਹੈ ਨਾ ਤਾਂ ਤੁਹਾਨੂੰ ਇਹ ਜਿਹੜੀ ਵੀਡੀਓ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਸਾਰੀਆਂ ਟੈਕਨੀਕਲ ਵੀਡੀਓਜ਼ ਜਿਹੜੀਆਂ ਇਸੇ ਚੈਨਲ ਤੇ ਪਈਆਂ ਨੇ ਜਾ ਕੇ ਵਿਜ਼ਿਟ ਕਰਿਓ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਕਿਉਂਕਿ ਟੈਕਨੀਕਲ ਵੀਡੀਓ ਸਾਰੀਆਂ ਆਪਾਂ ਇਸੇ ਚੈਨਲ 'ਤੇ ਪਾਉਨੇ ਆ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਇਨਫੋਪੋਰਟਲ ਗੋਮੈਂਟ ਜੋਬ ਚੈਨਲ ਤੇ ਰਾਵੀ ਫੋਨ ਟਾਈਪਿੰਗ ਦੀਆਂ ਫ੍ਰੀ ਕਲਾਸਿਸ ਪਈਆਂ ਨੇ ਪਲੇਲਿਸਟ 'ਚ ਜਾ ਕੇ ਚੈੱਕ ਕਰ ਲੈਣਾ ਤੇ ਬਾਕੀਆਂ ਨੂੰ ਦੋਨੇ ਚੈਨਲ ਦਾ ਲਿੰਕ ਸ਼ੇਅਰ ਕਰਨਾ ਹੈ ਤਾਂ ਕਿ ਜਿਹੜੀਆਂ ਵੀ ਪੋਸਟਸ ਆਉਂਦੀਆਂ ਨੇ ਜਾਂ ਟੈਕਨੀਕਲ ਵੀਡੀਓਜ਼ ਆਉਂਦੀਆਂ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਲਗਾਤਾਰ ਮਿਲਦੀ ਰਹੇ ਠੀਕ ਹੈ ਜੀ ਸਿੰਪਲ ਜਿਹਾ ਪਰਫਾਰਮਾ ਆਰਾਮ ਨਾਲ ਤੁਸੀਂ ਭਰ ਸਕਦੇ ਹੋ ਕੋਈ ਵੱਡੀ ਇਹ ਗੱਲ ਨਹੀਂ ਹੈਗੀ ਪਰਫਾਰਮਾ ਭਰਨ ਤੋਂ ਪਹਿਲਾਂ ਠੀਕ ਹੈ ਜੀ ਧਿਆਨ ਦਿਓ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਕਿਹੜੀ ਪੋਸਟ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਇੱਥੇ ਲਿਖਣਾ ਉਸ ਤੋਂ ਬਾਅਦ ਜਦੋਂ ਸਾਰੇ ਡਾਕੂਮੈਂਟਸ ਸੈਲਫ ਅਟੈਸਟ ਕਰ ਲੋਗੇ ਇੱਕ ਇਨਵੈਲਪ ਚ ਪਾਉਂਗੇ ਲਿਫਾਫੇ ਚ ਪਾਉਂਗੇ ਤਾਂ ਲਿਫਾਫੇ ਤੇ ਲਿਖਣਾ ਆਫਿਸ ਆਫ ਦਾ ਡਿਸਟ੍ਰਿਕਟ ਐਂ ਤੇ نیچے ਲਿਖ ਦੇਣਾ ਕਿਹੜੀ ਐਪਲੀਕੇਸ਼ਨ ਤੇ ਜਿਹੜੀ ਪੋਸਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਠੀਕ ਹੈ ਜੀ ਸੇਮ ਇਹੀ ਚੀਜ਼ ਹੈ ਜਿਹੜੀ ਤੁਸੀਂ ਲਫਾਫੇ ਦੇ ਉੱਪਰ ਲਿਖਣੀ ਹੈ ਤੇ ਸਾਰੇ ਡਾਕੂਮੈਂਟਸ ਵਿਦ ਐਪਲੀਕੇਸ਼ਨ ਫਾਰਮ ਨਾਲ ਲਗਾ ਕੇ ਤੁਸੀਂ ਭੇਜ ਦੇਣੇ ਨੇ ਠੀਕ ਹੈ ਜੀ ਇੰਟਰਵਿਊ ਦੀ ਡੇਟ ਤੁਹਾਨੂੰ ਪਤਾ ਲੱਗੀ ਹੈ ਇੰਟਰਵਿਊ ਦੀ ਡੇਟ ਦੁਬਾਰਾ ਇੱਕ ਵਾਰ ਫੇਰ ਦੱਸ ਦਿੰਨੇ ਆ ਇੰਟਰਵਿਊ ਦੀ ਜਿਹੜੀ ਡੇਟ ਰਹੇਗੀ ਜੀ ਡੇਟ ਆਫ ਇੰਟਰਵਿਊ ਫੋਰ ਦਾ ਪੋਸਟ ਆਫ ਸਵੀਪਰ ਕਮਚੌਂਕੀਦਾਰ ਸਵੀਪਰ ਕਮ ਚੌਂਕੀਦਾਰ ਦੀ ਪੋਸਟ ਦੇ ਲਈ ਜਿਹੜੀ ਡੇਟ ਹੈ ਸਾਰੇ ਕੈਂਡੀਡੇਟ ਅਪਲਾਈ ਐ 28 ਤਿੰਨ 2022 ਨੂੰ ਸਵੇਰੇ 10 ਵਜੇ ਬਾਕੀ ਜਿਹੜੇ ਕੈਂਡੀਡੇਟ ਨੇਗੇ ਡੇਟ ਆਫ ਇੰਟਰਵਿਊ ਫਾਰ ਦਾ ਪੋਸਟ ਆਫ ਪੀਐਨਜ਼ ਪੀਐਨਜ਼ ਦੀ ਜਿਹੜੀ ਇੰਟਰਵਿਊ ਹੋਏਗੀ ਅਲਫਾਬੈਟਿਕਲੀ ਹੋਏਗੀ A ਤੋਂ I ਤੱਕ 29 ਤਿੰਨ 2022 ਨੂੰ ਸਵੇਰੇ 10 ਵਜੇ ਹੈ ਜੀ ਜੇ ਤੋਂ R ਦੀ 30 ਨੂੰ ਸਵੇਰੇ 10 ਵਜੇ S ਤੋਂ Z ਦੀ 31 ਤਿੰਨ ਸਵੇਰੇ 10 ਵਜੇ ਠੀਕ ਹੈ ਜੀ ਸਾਰੀਆਂ ਜਿਹੜੀਆਂ ਪੋਸਟਸ ਹੈਗੀਆਂ ਤੁਸੀਂ ਅਪਲਾਈ ਕਰ ਦੇਣੀਆਂ ਮਤਲਬ ਦੋਨੇ ਪੋਸਟਸ ਅਪਲਾਈ ਕਰਦੇ ਹੋ ਤਾਂ ਦੋਨਾਂ ਦਾ ਅਲੱਗ-ਅਲੱਗ ਐਪਲੀਕੇਸ਼ਨ ਫਾਰਮ ਭਰ ਕੇ ਤੁਸੀਂ ਸਬਮਿਟ ਕਰਵਾਉਗੇ ਕਲੀਅਰ ਹੈ ਜੀ ਅਗਰ ਫਿਰ ਵੀ ਕੁਝ ਨਹੀਂ ਪਤਾ ਲੱਗਿਆ ਤਾਂ ਕਮੈਂਟ ਜਰੂਰ ਕਰ ਦੇਣਾ ਤੁਸੀਂ ਵੀਡੀਓ ਦੇ ਨੀਚੇ ਡਿਸਕਸ਼ਨ ਦੇ ਵਿੱਚ ਤੁਹਾਨੂੰ ਪੀਡੀਐਫ ਫਾਈਲ ਦੇ ਲਈ ਵੀ ਲਿੰਕ ਮਿਲ ਜੇਗਾ ਅਗਰ ਪੀਡੀਐਫ ਫਾਈਲ ਅਵੇਲੇਬਲ ਨਹੀਂ ਮਿਲੀ ਤਾਂ ਕਮੈਂਟ ਕਰ ਦਿਓ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੱਤੀ ਜਾਵੇਗੀ ਕਲੀਅਰ ਹੈ ਜੀ ਹੋਰ ਪੋਸਟਸ ਆਉਣੀਆਂ ਨੇ ਤਾਂ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਜੀ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਵੀ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦਾ ਲਿੰਕ ਜਰੂਰ ਭੇਜਿਆ ਕਰੋ ਅਗਰ ਤੁਹਾਨੂੰ ਲੱਗਦਾ ਵੀ ਕੋਈ ਪੋਸਟ ਹੈ ਜਿਹੜੀ ਸਾਡੇ ਕਿਸੇ ਰਿਲੇਟਿਵ ਦੇ ਜਾਂ ਕਿਸੇ ਹੋਰ ਫਰੈਂਡ ਦੇ ਜਾਂ ਕਿਸੇ ਵੀ ਇਹ ਜ਼ਰੂਰਤਮੰਦ ਹੈਗੀ ਆ ਤਾਂ ਉਹਨੂੰ ਸ਼ੇਅਰ ਜਰੂਰ ਕਰਦਿਆ ਕਰੋ ਠੀਕ ਹੈ ਚੈਨਲ ਦੋਨਾਂ ਨੂੰ ਜਰੂਰ ਸਬਸਕ੍ਰਾਈਬ ਕਰਾਓ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਮਰਜ਼ੀ ਕਰੋ WhatsApp ਕਰੋ ਫਿਰ Telegram ਕਰੋ Facebook ਤੇ ਕਰੋ Instagram ਤੇ ਕਰੋ ਚੈਨਲ ਦਾ ਲਿੰਕ ਜਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ मिलਦੇ ਹਾਂ ਨੈਕਸਟ ਪੋਸਟਸ ਜਲਦੀ ਹੀ ਹੋਣੀਆਂ ਨੇ ਅਪਲੋਡ ਹੋ ਜਾਣਗੀਆਂ ਪਲੀਜ਼ ਪ੍ਰੈਸ ਦਾ ਬੈਲ ਆਈਕਨ ਐਂਡ ਸਬਸਕ੍ਰਾਈਬ ਠੀਕ ਹੈ ਚਲ ਮਿਲਦੇ ਹਾਂ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ ਟੇਕ ਕੈਰਡ ਬਾਏ ਬਾਏ